ਪਬਲਿਸ਼ ਕੀਤੀਆਂ ਹੋਈਆਂ ਬੁੱਕਸ ਐਲਗੀ ਤੋਂ ਬਾਅਦ ਆਪਣੇ ਕੋਲ ਕੀ ਆਏ ਗਾਇਓਫਾਈਟ ਗਾਇਓ ਤੋਂ ਬਾਅਦ ਟੈਰੀਓਫਾਈਟ ਟੈਰੀਓਸ ਤੋਂ ਬਾਅਦ ਜਿਮਨੋਫੇਟ ਐਂਡ ਐਲਗੀ ਠੀਕ ਹੈ ਨਾ ਪਹਿਲਾਂ ਆਪਣੇ ਕੋਲ ਆ ਜਾਂਦੀ ਆ ਐਲਗੀ ਐਲਗੀ ਕੀ ਹੁੰਦੀ ਆ ਆਪਣੇ ਕੋਲ ਮਤਲਬ ਉਹ ਫਿਲਾਮੈਂਟ ਦੇ ਸਟ੍ਰਕਚਰ ਹੁੰਦੀ ਆ ਜਿਹੜੀ ਆਪਾਂ ਨੂੰ ਮੋਸਟਲੀ ਦੇਖਿਆ ਹੋਗਾ ਚਾਈਲਡ ਸਾਈਜ਼ ਦੇ ਨਿਕੋ ਕਿਨੇ ਮਤਲਬ ਸੁਣੀਏ ਨਾ ਗ੍ਰੀਨ ਕਲਰ ਦੀ ਪਾਣੀ ਵਿੱਚ ਖੜਾ ਹੁੰਦਾ ਹੈ ਉਹ ਐਲਗੀ ਹੁੰਦੀ ਆ ਉਸ ਤੋਂ ਬਾਅਦ ਆਪਣੇ ਕੋਲ ਆਈ ਗਾਇਓਫਾਈਟ ਗਾਇਓਫਾਈਟ ਕੀ ਹੁੰਦੀ ਆ ਜਦੋਂ ਤੁਸੀਂ ਕਿਸੇ ਵੀ ਪਹਾੜ ਉੱਤੇ ਜਾਓਗੇ ਕਿਸੇ ਵੀ ਤੁਸੀਂ ਉਹ ਦੇਖੋਗੇ ਪੱਥਰ ਦੇ ਨਾਲ ਲੱਗੀ ਹੋਈ ਪੂਰੀ ਗ੍ਰੀਨ ਕਲਰ ਦੀ ਮੈਟ ਦਿਖੂਗੀ ਤੁਹਾਨੂੰ ਲੱਗਿਆ ਹੋਇਆ ਪੱਥਰ ਦੇ ਨਾਲ ਨਾਲ ਠੀਕ ਹੈ ਨਾ ਉਹ ਆਪਣੇ ਕੋਲ ਕੀ ਆ ਜਾਂਦੇ ਨੇ ਗਾਇਓਫਾਈਟ ਠੀਕ ਹੈ ਫੋਨਸ ਕੀ ਹੁੰਦੀਆਂ ਨੇ ਫੋਨਸ ਆਪਣੇ ਕੋਲ ਮਤਲਬ ਪੱਤੇ ਲੀਵਸ ਹੁੰਦੇ ਨੇ ਫੋਨਸ ਦਾ ਟਿਪ ਆਰ ਮੋਰ ਪਲਾਂਟ ਵਿਚ ਆਰ ਡਿਫਰੈਂਸ਼ੀਏਟਿਡ ਇਨਟੂ ਰੂਟਸ ਦੈਨ ਅ ਸਮਾਲ ਸਟੈਮ ਨਾਟ ਮਤਲਬ ਪ੍ਰੋਪਰਲੀ ਵੈਸਕੂਲਰ ਸਿਸਟਮ ਉਹਨਾਂ ਦਾ ਡਿਵੈਲਪ ਨਹੀਂ ਹੋਇਆ ਹੁੰਦਾ ਠੀਕ ਹੈ ਨਾ ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦੇ ਨੇ ਫੋਸਿਲ ਐਵਰੀਵਨ ਕਿਸੇ ਨੂੰ ਪਤਾ ਫੋਸਿਲ ਕੀ ਹੁੰਦੇ ਆ ਇਹ ਆਪਣੇ ਕੋਲ ਕੀ ਹੁੰਦੇ ਨੇ ਫੋਸਿਲ ਇਹ ਜੁਰਾਸਿਕ ਟਾਈਮ ਤੁਸੀਂ ਸੁਣਿਆ ਡਾਇਨਾਸੋਰ ਦਾ ਟਾਈਮ ਜਦੋਂ ਡਾਇਨਾਸੋਰ ਤੋਂ ਪਹਿਲਾਂ ਜਿਹੜੇ ਪਲਾਂਟਸ ਹੁਣ ਆਪਾਂ ਨੂੰ ਨਹੀਂ ਮਿਲਦੇ ਠੀਕ ਹੈ ਨਾ ਖਤਮ ਹੋ ਚੁੱਕੇ ਆ ਉਹ ਪਲਾਂਟਸ ਦੇ ਆਪਣੇ ਕੋਲ ਕੀ ਹੁੰਦੇ ਨੇ ਫੋਸਿਲਸ ਹੁੰਦੇ ਨੇ ਫੋਸਿਲਸ ਕੀ ਹੁੰਦਾ ਜਦੋਂ ਇੱਕ ਪੱਥਰ ਆ ਪੱਥਰ ਦੇ ਉੱਤੇ ਕੋਈ ਵੀ ਸੰਤੁਲਿਤ ਲੀਕ ਦੇਖ ਗਿਆ ਜਾਂ ਕੋਈ ਟਾਈਮ ਦੇਖ ਗਿਆ ਠੀਕ ਹੈ ਨਾ ਉਹ ਪੱਥਰ ਦੇ ਉੱਤੇ ਬਹੁਤ ਭਾਰ ਆ ਗਿਆ ਪਰ ਕੀ ਹੋਇਆ ਇੰਪ੍ਰੈਸ਼ਨ ਇੱਕ ਉਹਦਾ ਮਤਲਬ ਕਹਿ ਰਹੀ ਆਪਾਂ ਸ਼ਾਪ ਜੀ ਮਤਲਬ ਛੱਡ ਜਾਂਦਾ ਹੈ ਨਾ ਤਾਂ ਉਹ ਪੱਥਰ ਦੇ ਉਹਨੂੰ ਆਪਾਂ ਕਹਿੰਦੇ ਆ ਫੋਸਿਲ ਡਿਫਰੈਂਟ ਡਿਫਰੈਂਟ ਆਪਣੇ ਪੱਥਰ ਦੇ ਉੱਤੇ ਡਿਫਰੈਂਟ ਡਿਫਰੈਂਟ ਫੋਸਿਲ ਤੇ ਡਿਫਰੈਂਟ ਡਿਫਰੈਂਟ ਟਾਈਮ ਉਹ ਮਤਲਬ ਕਲੈਕਟ ਕੀਤੇ ਹੋਏ ਨੇ ਠੀਕ ਹੈ ਪੈਸਿੰਗ ਕਰਨੇ ਕੇ ਲਈ ਕੀ ਕਰਦੇ ਹੈ ਇਨੀਸ਼ੀਅਲੀ ਪਲਾਂਟ ਲੈਂਗੇ ਓਪਨ ਕਰੇਂਗੇ ਵਿਦ ਇਨ ਨਿਊਜ਼ ਪੇਪਰ ਕੇ ਬੀਚ ਮੇ ਰੱਖ ਦੇਂਗੇ ਔਰ ਇਸਕੋ ਡਿਊਰੇਸ਼ਨ ਮੇ ਚੇਂਜ ਕੀਆ ਜਾਤਾ ਹੈ ਲਾਈਕ 1 ਡੇ 2 ਡੇ 3 ਡੇਸ ਕੇ ਬਾਅਦ ਮੇ ਇਨਕੇ ਕਵਰ ਚੇਂਜ ਕਰਤੇ ਹੈ ताकि कोई भी पेपर के ऊपर फंगल इन्फेक्शन ना आए उसके बाद भी हम क्या करते हैं इंसेक्टिसाइड्स रिमूव करते हैं ताकि इन पे कोई इंसेक्ट ना लगे उसके लिए क्या करते हैं ये जो मशीन है आपके पीछे देख रहे हो इसमें सबसे नीचे फॉर्मल्डिहाइड डाल के फ्यूम्स क्रिएट करते हैं ताकि फ्यूम्स के थ्रू क्या हो जाए जो प्लांट पे इंसेक्ट लगते हैं वो सब मर जाए और प्लांट को कोई हार्म ना हो जितनी भी आप अलमीराज यहाँ पे देख रहे हो इसके सभी के अंदर प्लांट्स लगते हैं सबको प्लांट्स को जब कलेक्ट करता है बच्चा या टीचर कलेक्ट करते हैं वो एक स्पेसिफिक नंबर दिया जाता है ये इंटरनेशनल ब्यूरो के अकॉर्डिंग दिया हुआ इनको नंबर इसको पन नंबर कहते हैं ठीक है ये पन नंबर से ही इस प्लांट की आइडेंटिफिकेशन होती है जैसे आप लोगों की आइडेंटिटी क्या है आपका नेम है वैसे ही ये नंबर इस प्लांट की है कोई भी बच्चा बाहर से आता है ठीक है इंडिया से या आउट ऑफ इंडिया तो नहीं से भी नंबर के थ्रू इस प्लांट को आइडेंटिफाई कर सकते हैं कि ये प्लांट इस नंबर से आइडेंटिफाई होगा और इसके ये स्पेसिफिक करैक्टर्स हैं प्लांट के और जितनी भी ये अलमीराज हैं इनमें क्या है बेंथन हुकर क्लासिफिकेशन के अकॉर्डिंग इनको रखा हुआ है जो इनको क्या कहते हैं हम ये एक एल्बम होती है हर्बेरियम एल्बम इसकी जो आउटर शेड होती है इसको जैनर कहते हैं ये क्रिस्टेला अरिडा है थैलियोप्रेसी फैमिली है इसकी
ठीक, और ये फर्न से हायर प्लांट जो जिम्नोस्पर्म में एंजियोस्पर्म में उसमें क्या होते हैं पोलन ग्रेन होते हैं।